ਸਤਿ ਸ਼੍ਰੀ ਅਕਾਲ ਕਿਸਾਨ ਸਾਥੀਓ ਮੈਂ ਆ ਤੁਹਾਡਾ ਆਪਣਾ ਦੋਸਤ ਡਾਕਟਰ ਕੁਲਦੀਪ ਸਿੰਘ ਸ਼ੇਰਗੱਲ ਮਰਖਾਈ ਦੋਸਤੋ ਇਹ ਵੀਡੀਓ ਮੈਂ ਬਣਾ ਰਿਹਾ ਹਾਂ ਗੋਬਦੀ ਸੁੰਡੀ ਦੇ ਜੀਵਨ ਚੱਕਰ ਦੇ ਉੱਪਰ ਲੇਕਿਨ ਉਸ ਤੋਂ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਕੋਈ ਚੀਜ਼ਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਤੁਹਾਨੂੰ ਡਰ ਲੱਗੇ ਤਾਂ ਮੈਂ ਇਹਦੇ ਬਾਰੇ ਕੁਝ ਸੱਚਾਈ ਦੱਸਣੀ ਚਾਹਣਾ ਹੈ ਪਹਿਲਾਂ ਇਹ ਤੁਹਾਡੇ ਲਈ ਕਾਫੀ ਇੰਟਰਸਟਿੰਗ ਹੋਏਗਾ ਦੋਸਤੋ ਇੱਕ ਕਿੱਲੇ ਦੇ ਵਿੱਚ 4000 ਸਕੁਅਰ ਮੀਟਰ ਦੇ ਲਗਭਗ ਏਰੀਆ ਹੁੰਦਾ ਹੈ ਆਮ ਤੌਰ ਤੇ ਕਿਸਾਨ ਇੱਕ ਸਕੁਅਰ ਮੀਟਰ ਦੇ ਵਿੱਚ 22 ਬੁੱਟੇ ਲਾਉਂਦਾ ਹੈ ਜੇ ਆਪਾਂ ਕਿਸਾਨਾਂ ਦੀ ਐਵਰੇਜ ਦੇਖੀਏ ਯੂਨੀਵਰਸਿਟੀ ਸਾਈਡ ਤੇ ਰੱਖੋ ਕਿਸਾਨ ਜਿੰਨੇ ਬੁੱਟੇ ਲਾਉਂਦਾ ਉਹਦੀ ਗੱਲ ਕਰ ਰਹੇ ਆ ਤੇ ਜੇ 22 ਬੁੱਟੇ ਇੱਕ ਕਿੱਲੇ 1 ਸਕੁਅਰ ਮੀਟਰ ਚ ਲਾਉਂਦਾ ਹੈ ਤਾਂ ਟੋਟਲ ਜਿਹੜੇ ਹੈਗੇ ਆ ਇੱਕ ਕਿੱਲੇ ਦੇ ਵਿੱਚ 40000 22 ਮਰਕੇ 88000 ਝੋਨੇ ਜਾਂ ਜਾਂ ਬਾਸਮਤੀ ਦੇ ਬੂਟੇ ਕਿੱਲੇ ਦੇ ਹੋਗੇ ਹੁਣ ਝੋਨੇ ਦੇ ਵਿੱਚ ਜੇ ਐਵਰੇਜ ਅਸੀਂ ਇਹ ਮੰਨੀਏ ਕਿ ਇੱਕ ਬੂਟਾ 15 ਛਾਖਾ ਬਣਾਉਂਦਾ ਹੈ ਵੈਸੇ 15 ਐਵਰੇਜ ਕੱਢਣੀ ਔਖੀ ਹੁੰਦੀ ਹੈ ਪਰੰਤੂ ਕਿਸਾਨ ਕਹਿੰਦੇ ਕਿ ਸਾਡੇ 25-25 ਬਣਾ ਜਾਂਦਾ ਮੈਂ ਕਹਿੰਦਾ ਕਿ 15 ਛਾਖਾ ਬੂਟਾ ਐਵਰੇਜ ਬਣਾਉਂਦਾ ਹੈ ਤਾਂ ਇੱਕ ਖੇਤ ਦੇ ਵਿੱਚ ਟੋਟਲ ਸ਼ਾਖਾ ਕਿੰਨੀਆਂ ਹੋਣਗੀਆਂ 88000 15 ਤਾਂ ਇਹ ਹੋ ਗਈਆਂ ਟਾਡੀਆਂ 13 ਲੱਖ 20000 ਸ਼ਾਖਾ ਇੱਕ ਕਿੱਲੇ ਦੀਆਂ ਹੋ ਜਾਣਗੀਆਂ ਹੁਣ ਜਿਹੜੇ ਵੀ ਇੱਥੇ ਤੁਹਾਨੂੰ ਕਹਿੰਦੇ ਨੇ ਨਾ ਕਿ ਗੋਬ ਖਾ ਗਈ ਨੁਕਸਾਨ ਹੋ ਗਿਆ ਚੱਕ ਲੋ ਧਰ ਲੋ ਹੁਣੇ ਕਰ ਲੋ ਤਾਂ ਉਹਨਾਂ ਵੀਰਾਂ ਨੂੰ ਤੁਸੀਂ ਇੱਥੇ ਦੇਖੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੀ ਕਹਿੰਦੀ ਹੈ ਕਿ ਜੇ 5% ਤੱਕ ਅਟੈਕ ਹੋਵੇ ਤਾਂ ਹੀ ਸਪਰੇਅ ਕਰਨਾ ਹੈ ਤਾਂ 13,20,000 ਦਾ 5% ਬਣਦਾ 66,000 ਸ਼ਾਖਾ 66,000 ਸ਼ਾਖਾ ਜੇਕਰ ਖਾ ਜਾਂਦੀ ਹੈ ਤਾਂ ਯੂਨੀਵਰਸਿਟੀ ਦੇ ਹਿਸਾਬ ਦੇ ਨਾਲ ਮੈਂ ਤਾਂ ਕੈਲਕੂਲੇਸ਼ਨ ਹੀ ਕੀਤੀ ਹੈ ਤਾਂ ਤੁਹਾਡਾ ਜਿਹੜਾ ਹੈਗਾ ਨੁਕਸਾਨ ਉਸ ਤੋਂ ਉੱਪਰ ਹੋਣਾ ਸ਼ੁਰੂ ਕਰਦਾ ਹੈ ਪਰੰਤੂ ਜੇ 66000 ਸ਼ਾਖਾ ਦੇ ਦਾਣਿਆਂ ਦੀ ਗੱਲ ਕਰੀਏ ਤਾਂ ਸਾਨੂੰ ਲੱਗਦਾ ਹੈ ਕਿ ਨੁਕਸਾਨ ਹੋ ਗਿਆ ਇਸ ਚੀਜ਼ ਤੇ ਮੈਂ ਇੱਕ ਪਹਿਲਾ ਵੀਡੀਓ ਪਾਈ ਸੀ ਜਿਹੜੀ ਕਿ ਇਹ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਦੀ ਸੀ ਜਿਹਦੇ ਵਿੱਚ ਉਹਨਾਂ ਨੇ ਬੜੇ ਸਹੀ ਤਰੀਕੇ ਨਾਲ ਦੱਸਿਆ ਸੀਗਾ ਕਿ ਜੇਕਰ ਇਹ ਬੂਟੇ ਦੀ ਸ਼ਾਖਾ ਮੁੰਜਰ ਨਿਕਲ ਤੋਂ ਪਹਿਲਾਂ ਮਰ ਜਾਂਦੀ ਹੈ ਜਾਂ ਉਹ ਖਰਾਬ ਹੋ ਜਾਂਦੀ ਹੈ ਤੇ ਦੂਸਰੀਆਂ ਮੁੰਜਰਾਂ ਦੇ ਵਿੱਚ ਦਾਣਿਆਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਕੇਵਲ 5% ਤੱਕ ਹੈ ਜੇ ਇਸ ਤੋਂ ਉੱਪਰ ਟੈਕ ਹੋਊਗਾ ਤਾਂ ਫੇਰ ਨੁਕਸਾਨ ਹੈ ਪਰੰਤੂ ਮੈਂ ਤਾਂ ਆਪਣੀ ਲਾਈਫ ਦੇ ਵਿੱਚ ਅੱਜ ਤੱਕ ਨਹੀਂ ਦੇਖਿਆ ਕਿ ਇੰਨੀਆਂ ਸ਼ਾਖਾਾਂ ਨੂੰ ਕਿੱਲੇ ਦੇ ਵਿੱਚ ਘੱਟੋ ਘੱਟ ਪੰਜਾਬ ਦੇ ਵਿੱਚ ਹਮਲਾ ਹੋਇਆ ਹੋਵੇ ਠੀਕ ਹੈ ਇਹ ਯੂਨੀਵਰਸਿਟੀ ਦੀ ਹੈ ਇਸ ਨੂੰ ਮੈਂ ਇਸ ਲਈ ਦੱਸਿਆ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਹੈ ਤੇ ਹੁਣ ਮੇਰੇ ਅਨੁਸਾਰ ਇੱਕ ਮੁੰਜਰ ਦੇ ਵਿੱਚ 100 ਦਾਣੇ ਹੁੰਦੇ ਆ ਪਰੰਤੂ ਕਿਸਾਨ ਵੀਰ ਕਹਿੰਦੇ ਕੁਝ ਵੈਰਾਈਟੀਆਂ ਦੇ 200 ਹੁੰਦਾ 250 ਹੁੰਦਾ ਲੇਕਿਨ ਐਵਰੇਜ ਮੈਂ 125 ਦਾਣੇ ਜਿਹੜਾ ਹੈਗਾ ਇੱਕ ਮੁੰਜਰ ਦੇ ਮੰਨਦਾ ਹੈ। ਤਾਂ ਇੱਕ ਮੁੰਜਰ ਦੇ ਵਿੱਚ 125 ਦਾਣੇ ਐ 1320000 ਤੁਹਾਡੇ ਖੇਤ ਚ ਮੁੰਜਰਾ ਇਹਨੂੰ 125 ਦੇ ਨਾਲ ਗੁਣਾ ਕਰੋਗੇ ਤਾਂ ਇੱਕ ਖੇਤ ਦੇ ਵਿੱਚ 16 ਕਰੋੜ 50 ਲੱਖ ਦਾਣੇ ਬਣਦੇ ਐ। ਦੇਖੋ ਬਹੁਤ ਇੰਟਰਸਟਿੰਗ ਹੈ ਇਹਨੂੰ ਸੁਣੋਗੇ ਤੁਸੀਂ ਤੇ 1000 ਦਾਣੇ ਦਾ ਵਜ਼ਨ ਕਿੰਨਾ ਹੁੰਦਾ 24 ਗ੍ਰਾਮ ਇਹ 19 ਗ੍ਰਾਮ ਵੀ ਹੁੰਦਾ ਇਹ 20 ਗ੍ਰਾਮ ਵੀ ਹੁੰਦਾ 26 ਗ੍ਰਾਮ ਵੀ ਹੁੰਦਾ ਵੈਰੈਟੀ ਤੋਂ ਵੈਰੈਟੀ ਫਰਕ ਪੈਂਦਾ ਲੇਕਿਨ ਮੈਂ ਇੱਕ ਐਵਰੇਜ ਆ ਰੱਖਿਆ ਕਿ 24 ਗ੍ਰਾਮ ਤੇ ਇੱਕ ਦਾਣੇ ਦਾ ਵਜ਼ਨ ਕਿੰਨਾ ਹੋਏਗਾ 24 1000 ਤਾਂ ਇਹ ਗ੍ਰਾਮਾਂ 'ਚ ਆ ਗਿਆ ਲੇਕਿਨ ਜੇਕਰ ਅਸੀਂ 16 ਕਰੋੜ 50 ਲੱਖ ਦਾਣਿਆਂ ਦਾ ਵਜ਼ਨ ਕਰਨਾ ਹੈ ਤੇ 24 ਭਾਗ 1000 16 ਕਰੋੜ 50 ਲੱਖ ਤਾਂ ਇਹ ਬਣ ਗਿਆ 39 ਲੱਖ 60000 ਗ੍ਰਾਮ ਇੱਕ ਕਿੱਲੇ ਦੇ ਦਾਣਿਆਂ ਦਾ ਵਜ਼ਨ ਹੋ ਗਿਆ 39,60,000 ਗ੍ਰਾਮ ਜੇ ਇਹਨੂੰ ਕਿਲੋ 'ਚ ਬਦਲੋਗੇ ਤਾਂ 1000 ਨਾਲ ਭਾਗ ਕਰੋਗੇ 3960 ਕਿਲੋਗ੍ਰਾਮ ਹੋ ਗਿਆ ਜੇ ਇਹਨੂੰ ਕੁਆਂਟਲ 'ਚ ਵੰਡੋਗੇ ਤਾਂ 39.6 ਕੁਆਂਟਲ ਮਣਾਂ ਦੇ ਵਿੱਚ 99 ਮਣ ਇਹ ਤਾਂ ਹੈਗੀ ਇਹ ਕਹਾਣੀ ਤੁਹਾਡੇ ਜਿਹੜਾ ਹੈਗਾ ਦਾਣਿਆਂ ਦੀ ਪਰੰਤੂ ਕਹਾਣੀ ਇਸ ਤਰ੍ਹਾਂ ਨਹੀਂ ਚੱਲਦੀ ਦਾਣੇ 15 ਤੋਂ ਘੱਟ ਛਾਗਾ ਹੁੰਦੀਆਂ ਮੁੰਜਰ ਦੀ ਐਵਰੇਜ ਘੱਟ ਹੁੰਦੀ ਹੈ ਜਿਹਦੇ ਕਰਕੇ ਤੁਸੀਂ ਜਿਹੜਾ ਹੈਗਾ 70 ਮਾਨ 75 ਮਾਨ 80 ਮਾਨ 85 ਮਾਨ ਤੇ ਰਹਿ ਜਾਂਦੇ ਹੋ ਤੇ ਕਿਉਂਕਿ ਇਹ ਮੈਂ ਕਿਉਂ ਦੱਸਿਆ ਇਹ ਇਸ ਕਰਕੇ ਦੱਸਿਆ ਕਿ ਜਦੋਂ ਮੈਂ ਵੀਡੀਓ 'ਚ ਗੱਲ ਕਰਾਂਗਾ ਕਿ ਇਹ ਨੁਕਸਾਨ ਕਰਦੀ ਹੈ ਤਾਂ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਆ ਚੀਜ਼ ਧਿਆਨ 'ਚ ਰੱਖਣੀ ਹੈ ਕਿ 5% ਤੱਕ ਯੂਨੀਵਰਸਿਟੀ ਕਹਿੰਦੀ ਕਿ ਕੋਈ ਜਿਹੜਾ ਹੈਗਾ ਡਰਨ ਦੀ ਲੋੜ ਨਹੀਂ ਹੈਗੀ ਤੇ ਹੁਣ ਅੱਗੇ ਸ਼ੁਰੂ ਕਰਦੇ ਆਂ ਆਪਾਂ ਸੁੰਡੀ ਦੇ ਬਾਰੇ ਦੋਸਤੋ ਪੰਜਾਬ ਹਰਿਆਣਾ ਪਛਮੀ ਯੂਪੀ ਦਿੱਲੀ ਚੰਡੀਗੜ੍ਹ ਦੇ ਵਿੱਚ ਮੁੱਖ ਤੌਰ ਤੇ ਤਿੰਨ ਤਰੀਕੇ ਦੀਆਂ ਗੋਪ ਦੀਆਂ ਸੁੰਡੀਆਂ ਹੁੰਦੀਆਂ ਕਿਹੜੀਆਂ-ਕਿਹੜੀਆਂ ਯੈਲੋ ਸਟੈਂਪ ਬੋਰਰ ਹੈ ਵਾਈਟ ਸਟੈਂਪ ਬੋਰਰ ਹੈ ਤੇ ਨਾਲ ਉਹਦੇ ਜਿਹੜਾ ਹੈਗਾ ਪਿੰਕ ਸਟੈਂਪ ਬੋਰਰ ਹੈ ਸਭ ਤੋਂ ਪਹਿਲਾਂ ਇਹਦੇ ਵਿੱਚੋਂ ਪਿੰਕ ਸਟੈਂਪ ਬੋਰਰ ਨੂੰ ਪਾਸੇ ਕਰ ਲਓ ਕਿਉਂਕਿ ਪਿੰਕ ਸਟੈਂਪ ਬੋਰਰ ਦਾ ਇਹ ਹਮਲਾ ਉਸ ਜਗ੍ਹਾ ਤੇ ਜ਼ਿਆਦਾ ਹੁੰਦਾ ਹੈ ਜਿਸ ਜਗ੍ਹਾ ਤੇ ਨੇੜੇ ਕਮਾਦ ਵਗੈਰਾ ਹੈਗਾ ਤੇ ਜਦੋਂ ਝੋਨਾ ਬੂਟਾ ਮਾਰ ਰਿਹਾ ਹੁੰਦਾ ਉਸ ਟਾਈਮ ਤੇ ਇਹਦਾ ਹਮਲਾ ਹੁੰਦਾ ਹੈ ਪਿੱਛੇ ਰਹਿ ਗਏ ਦੋ yellow stem borer ਤੇ white stem borer ਇਹ ਜਦੋਂ ਫਸਲ ਹੋਣ ਅੰਸਾਰੇ ਵੱਲ ਨੂੰ ਵੱਧ ਰਹੀ ਹੈ ਉਸ ਟਾਈਮ ਤੇ ਇਹ ਹਮਲਾ ਕਰਦੇ ਹੈ ਤੇ ਜੇ ਆਪਾਂ ਇਹਨਾਂ ਦਾ ਜੀਵਨ ਚੱਕਰ ਦੇਖੀਏ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਇਹ ਜਿਹੜੇ ਭਮੱਕੜ ਹੈ ਇਹ ਇਹ ਰਾਤਰੀਚਾਰ ਹੁੰਦੇ ਆ ਪਹਿਲਾਂ ਤਾਂ ਇਹ ਦੇਖੋ ਕਿ yellow stem borer ਹੈ ਇਹਦੇ ਪੱਤਿਆਂ ਦੇ ਉੱਪਰ ਮਾਫ਼ ਕਰਨਾ ਖੰਭਾਂ ਦੇ ਉੱਤੇ ਕਾਲੇ ਰੰਗ ਦਾ ਡਾਟ ਹੈ ਆਹ ਜਿਹੜਾ ਹੈਗਾ ਇਹ white stem borer ਦਾ ਅਡਲਟ ਹੈ ਤੇ ਇਹ pink stem borer ਦਾ ਅਡਲਟ ਹੈ ਨਰ ਇਹਨਾਂ ਦਾ ਛੋਟਾ ਹੁੰਦਾ ਤੇ ਮਾਦਾ ਵੱਡੀ ਹੁੰਦੀ ਹੈ yellow stem borer ਦੇ ਵਿੱਚ 1.3 ਸੈਂਟੀਮੀਟਰ ਲੰਬਾਈ ਹੁੰਦੀ ਹੈ ਤੇ ਖੰਭ ਤੋਂ ਖੰਭ ਦੇ ਜੇਕਰ ਚੜਾਈ ਮਪਈਏ ਖੁੱਲਿਆਂ ਦੀ ਤਾਂ 3.2 ਸੈਂਟੀਮੀਟਰ ਹੁੰਦਾ ਹੈ। ਇਹਨਾਂ ਦਾ ਜਿਹੜਾ ਨਰ ਤੇ ਮਾਦਾ ਦਾ ਅਨੁਪਾਤ ਹੈ ਉਹ ਘੱਟ ਹੁੰਦਾ ਹੈ। ਮਾਦਾ ਜ਼ਿਆਦਾ ਹੁੰਦੀਆਂ ਨਰ ਘੱਟ ਹੁੰਦੇ ਐ। ਰਾਤਰੀਚਾਰ ਐ ਦਿਨ ਦੇ ਸਮੇਂ ਪੱਤਿਆਂ ਦੇ ਥੱਲੇ ਲੁੱਕ ਕੇ ਬੈਠਦੇ ਐ ਤੇ ਰਾਤ ਨੂੰ ਬਾਹਰ ਨਿਕਲਦੇ ਐ। ਸਵੇਰ ਦੇ ਟਾਈਮ ਜੇ ਰੋ ਤੁਸੀਂ ਅਰਲੀ ਮਾਰਨਿੰਗ ਜਾਉਂਗੇ ਜਾਂ ਸ਼ਾਮ ਨੂੰ ਜਦੋਂ ਸੂਰਜ ਛਿਪ ਰਿਹਾ ਹੁੰਦਾ ਉਸ ਟਾਈਮ ਤੇ ਖੇਤ ਜਾਉਂਗੇ ਤਾਂ ਸੂਰਜ ਦੀ ਉਲਟੀ ਦਿਸ਼ਾ ਦੇ ਵਿੱਚ ਇਹ ਪੱਤੇ ਦੇ ਕਿਨਾਰੇ ਦੇ ਕੋਲੇ ਬੈਠੇ ਹੋਏ ਦਿਖਾਈ ਦਿੰਦੇ ਐ ਆਮ ਤੌਰ ਤੇ ਇਹਨਾਂ ਦੀ ਮੂਵਮੈਂਟ ਰਾਤ ਨੂੰ 7 ਤੋਂ ਲੈ ਕੇ 9 ਵਜੇ ਤੱਕ ਹੁੰਦੀ ਐ ਤੇ ਜਿਹੜਾ ਇਹੇ ਸੰਭੋਗ ਕਰਦੇ ਐ ਇਹ 7 ਤੋਂ 9 ਵਜੇ ਤੱਕ ਕਰਦੇ ਐ ਸੰਭੋਗ ਕਰਨ ਤੋਂ 3 ਤੋਂ 4 ਦਿਨ ਬਾਅਦ ਮਾਦਾ ਦੁਆਰਾ ਆਂਡੇ ਦਿੱਤੇ ਜਾਂਦੇ ਰਾਤ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਤਾਂ ਇੱਥੇ ਤੁਸੀਂ ਜੇ ਦੇਖੋਗੇ ਤਾਂ ਇਹ ਤੁਹਾਡੇ ਜਿਹੜਾ ਹੈਗਾ ਪਮੱਕੜ ਹੈ ਕਿਹੜੇ ਕਿਹੜੇ ਪਮੱਕੜ ਹੈ ਸਭ ਤੋਂ ਪਹਿਲਾਂ ਤੁਹਾਡਾ ਯੈਲੋ ਸਟੈਮ ਬੋਰ ਦਾ ਨਰ ਯੈਲੋ ਦੀ ਮਾਦਾ ਵਾਈਟ ਸਟੈਮ ਬੋਰ ਦਾ ਨਰ ਵਾਈਟ ਸਟੈਮ ਬੋਰ ਦੀ ਮਾਦਾ ਤੇ ਇਸ ਤੋਂ ਅੱਗੇ ਆ ਗਿਆ ਜਿਹੜਾ ਹੈਗਾ ਪਿੰਕ ਸਟੈਮ ਬੋਰ ਦਾ ਨਰ ਤੇ ਪਿੰਕ ਸਟੈਮ ਬੋਰ ਦੀ ਮਾਦਾ ਤਾਂ ਦੋਸਤੋ ਇਹ ਇਹਨਾਂ ਦਾ ਜੀਵਨ ਇੱਥੋਂ ਸ਼ੁਰੂ ਹੋ ਗਿਆ ਜੀਵਨ ਸ਼ੁਰੂ ਹੋਣ ਤੋਂ ਬਾਅਦ ਦੇ ਵਿੱਚ ਜਦੋਂ ਇਹਨਾਂ ਨੇ ਮੀਟਿੰਗ ਕਰ ਲਈ ਰਾਤ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਇਹਨਾਂ ਨੇ ਆਂਡੇ ਦੇਣੇ ਸ਼ੁਰੂ ਕੀਤੇ ਤਾਂ ਆਂਡੇ ਐ ਕਿਸ ਤਰੀਕੇ ਦੇ ਦਿੰਦੇ ਐ ਆਂਡਿਆਂ ਦੀ ਗਿਣਤੀ ਜਿਹੜਾ ਹੈਗਾ ਅਲੱਗ-ਅਲੱਗ ਰਿਸਰਚ ਦੇ ਹਿਸਾਬ ਦੇ ਨਾਲ ਇਹ ਆਂਡੇ 100 ਤੋਂ ਲੈ ਕੇ 300 ਤੱਕ ਆਂਡੇ ਅਲੱਗ-ਅਲੱਗ ਕਿਸਮਾਂ ਜਿਹੜੀਆਂ ਹੈਗੀਆਂ ਦਿੰਦੀਆਂ ਆਂਡਿਆਂ ਦੀ ਖਾਸੀਅਤ ਇਹ ਹੈਗੀ ਐ ਕਿ ਜਿਹੜਾ ਤੇ ਪੀਲਾ ਤੇ ਚਿੱਟਾ ਸਟੈਮ ਬੌਰਰ ਹੈਗਾ ਇਹਦੇ ਜਿਹੜੇ ਆਂਡੇ ਹੈਗੇ ਆ ਇਹ ਦੋਵੇਂ ਜਾਣੇ ਆਂਡੇ ਪੱਤੇ ਦੇ ਕਿਨਾਰੇ ਦੇ ਕੋਲੇ ਦਿੰਦੇ ਆ ਧਿਆਨ ਰੱਖਣ ਵਾਲੀ ਗੱਲ ਇਹ ਹੈਗੀ ਹੈ ਕਿ ਇਹ ਜਦੋਂ ਵੀ ਤੁਸੀਂ ਪੱਤੇ ਦੇ ਉੱਤੇ ਕੋਈ ਆਂਡੇ ਦੇਖਦੇ ਹੋ ਜੇ ਤਾਂ ਲੱਗਦਾ ਕਿ ਆਂਡੇ ਪੱਤੇ ਦੇ ਵਿਚਾਲਣ ਦੇ ਪਾਸੇ ਦੇ ਨੇੜੇ ਜ਼ਿਆਦਾ ਹੈ ਸੈਂਟਰ ਦੇ ਨੇੜੇ ਜ਼ਿਆਦਾ ਹੈ ਤਾਂ ਉਹ ਦੋਸਤ ਦੇ ਹੋਣਗੇ ਕਿਨਾਰੇ ਵੱਲ ਹੋਣਗੇ ਤਾਂ ਦੁਸ਼ਮਣ ਦੇ ਹੋਣਗੇ ਤਾਂ ਆਂਡੇ ਜਿਹੜੇ ਹੈਗੇ ਆ 50 ਤੋਂ ਲੈ ਕੇ 80 ਦੇ ਗਰੁੱਪ ਦੇ ਵਿੱਚ ਦਿੱਤੇ ਜਾਂਦੇ ਆ ਜੇਕਰ ਜਿਹੜਾ ਹੈਗਾ 150 ਆਂਡਾ ਦਿੰਦਾ ਤਾਂ ਤਿੰਨ ਗਰੁੱਪ ਹੋਣਗੇ ਤਾਂ ਉਸ ਦੇ ਉੱਪਰਲੇ ਪਾਸੇ ਇਹ ਇੱਕ ਤਰ੍ਹਾਂ ਦੇ ਵਾਲਾਂ ਦੇ ਵਿੱਚ ਲੁਕੇ ਹੋਏ ਆਂਡੇ ਹੁੰਦੇ ਆ ਦੇਖੋ ਜਿਸ ਤਰ੍ਹਾਂ ਵਾਲਾਂ ਦੇ ਵਿੱਚ ਲੁਕੇ ਹੋਏ ਐ ਪਿੰਕ ਸਟੈਮ ਬਾਰਡਰ ਜਿਹੜਾ ਹੈਗਾ ਪੱਤੇ ਦੀ ਸ਼ੀਥ ਦੇ ਉੱਤੇ ਤੇ ਤਣੇ ਦੇ ਉੱਤੇ ਇਸ ਤਰ੍ਹਾਂ ਦੇ ਆਂਡੇ ਦਿੰਦਾ ਜਿਹੜੇ ਕਿ ਨੰਗੇ ਹੁੰਦੇ ਆ 25 ਮਾਫ਼ ਕਰਨਾ 24 ਤੋਂ ਲੈ ਕੇ 29 ਡਿਗਰੀ ਸੈਂਟੀਗ੍ਰੇਡ ਜਿਹੜਾ ਹੈਗਾ ਆਂਡੇ ਦੀ ਹੈਚਿੰਗ ਵਾਸਤੇ ਵਧੀਆ ਟਾਈਮ ਹੈ 90 ਤੋਂ 100 ਪਰਸੈਂਟ ਹਿਊਮਿਡਿਟੀ ਹੋਵੇ ਤੇ 24 ਤੋਂ 29 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੋਵੇ ਤਾਂ ਆਂਡਾ ਵਧੀਆ ਤਰੀਕੇ ਨਾਲ ਹੈਚ ਕਰ ਜਾਂਦਾ ਹੈ ਤੇ ਆਂਡੇ ਦੇ ਵਿੱਚੋਂ ਜਿਹੜਾ ਬੱਚਾ ਹੈਗਾ ਉਹ ਬੱਚਾ ਨਿਕਲਦਾ ਹੈਗਾ 5 ਤੋਂ 10 ਦਿਨ ਦੇ ਵਿੱਚ ਇਹ ਤਾਂ ਤੁਹਾਡੀ ਕਹਾਣੀ ਹੋਗੀ ਆਂਡੇ ਦੀ ਹੁਣ ਆਂਡੇ ਤੋਂ ਅਗਲੇ ਪਾਸੇ ਆਪਾਂ ਚੱਲਦੇ ਹਾਂ ਕਿ ਇਹ ਸੁੰਡੀਆਂ ਨਿਕਲਦੀਆਂ ਇਹ ਜਿਹੜੀਆਂ ਸੁੰਡੀਆਂ ਨਿਕਲਦੀਆਂ ਇਹ ਸੁੰਡੀ ਜਿਹੜੀ ਹੈਗੀ ਆ ਜਿਹਨੂੰ ਅਸੀਂ ਲਾਰਵਾ ਕਹਿੰਦੇ ਆ ਇਹਦੀ ਜ਼ਿੰਦਗੀ 'ਚ ਪੰਜ ਇਨਸਟਾਰ ਹੁੰਦੇ ਆ ਕਈ ਵਾਰੀ 6 ਇਨਸਟਾਰ ਹੁੰਦੇ ਆ ਮੈਂ ਕਿ ਪੰਜ ਵਾਰੀ ਆਪਦੀ ਹੈ ਕਿ ਕਵਚ ਉੱਪਰੋਂ ਲਾਉਂਦੀ ਹੈ ਜਦੋਂ ਬੱਚਾ ਨਿਕਲਦਾ ਹੈ ਤਾਂ ਪਿੰਕ ਸਟੈਂਪ ਬੋਰਰ ਦਾ ਜਿਹੜਾ ਬੱਚਾ ਹੈਗਾ ਉਹ ਸ਼ੀਥ ਦੇ ਵਿੱਚ ਦੀ ਖਾਂਦਾ ਹੋਇਆ ਥੱਲੇ ਜਾਂਦਾ ਹੈ ਤੇ ਸਟੈਮ ਚ ਮੌਰੀ ਕਰਦਾ ਹੈ ਜਿਹੜਾ yellow ਤੇ white stem border ਦਾ ਬੱਚਾ ਹੈਗਾ ਉਹ ਪਹਿਲਾਂ ਉਲਟਾ ਉੱਪਰ ਨੂੰ ਚਲਦਾ ਹੈ ਬਿਲਕੁਲ ਟੂਸੇ ਤੇ ਚੜਦਾ ਹੈ ਟੂਸੇ ਤੋਂ ਆਪਦੇ ਸਰੀਰ ਚ ਇੱਕ ਰੇਸ਼ਾ ਕੱਢ ਕੇ ਥੱਲੇ ਨੂੰ ਘੁੰਮਦਾ ਤੇ ਜਦੋਂ ਕਿਸੇ ਤਨੇ ਦੇ ਨਾਲ ਲੱਗਦਾ ਉੱਥੇ ਚਿਪਕ ਜਾਂਦਾ ਹੈ ਇਹ ਕਈ ਵਾਰੀ ਜਿਹੜਾ ਹੈਗਾ ਪੱਤਾ ਕੱਟ ਕੇ ਉਹਦੇ ਉੱਤੇ ਤੈਰ ਕੇ ਵੀ ਜਾਂਦਾ ਹੈ ਕਈ ਵਾਰੀ ਇਹ ਪਾਣੀ ਦੇ ਵਿੱਚ ਖੁਦ ਤੈਰ ਵੀ ਸਕਦਾ ਹੈ ਪਹਿਲੀ ਐਨ ਸਟਾਰ ਜਿਹੜੀ ਹੈਗੀ ਇਹ ਬਹੁਤ ਘੱਟ ਖਾਂਦੀ ਹੈ ਦੂਜੀ ਤੀਜੀ ਅਤੇ ਚੌਥੀ ਇਨਸਟਾਰ ਜਿਹੜੀ ਹੈਗੀ ਹੈ ਕਾਫੀ ਜ਼ਿਆਦਾ ਨੁਕਸਾਨ ਕਰਦੀ ਹੈ। ਪੰਜਵੀਂ ਇਨਸਟਾਰ ਫੇਰ ਬਹੁਤ ਘੱਟ ਨੁਕਸਾਨ ਕਰਦੀ ਹੈ। ਤੇ ਪੂਰੇ ਜੀਵਨ ਚੱਕਰ ਦੇ ਵਿੱਚ ਇੱਕ ਸੁੰਡੀ 2 ਤੋਂ 3 ਗੋਭਾਂ ਨੂੰ ਖਾ ਜਾਂਦੀ ਹੈ। ਜੇਕਰ ਹਮਲਾ ਸ਼ੁਰੂ ਚ ਹੁੰਦਾ ਹੈ ਤਾਂ ਹੇਠਲੇ ਪਾਸੇ ਤਨੇ ਚ ਮੋੜੀ ਕਰਕੇ ਉੱਪਰ ਨੂੰ ਖਾਂਦੀ ਹੈ। ਫਸਲ ਨਿਸਣ ਤੋਂ ਬਾਅਦ ਦੇ ਵਿੱਚ ਇਹਦਾ ਜਿਹੜਾ ਹਮਲਾ ਹੈਗਾ ਉਹ ਉੱਪਰਲੇ ਪਾਸਿਓਂ ਸ਼ੁਰੂ ਹੋ ਕੇ ਮੁੰਜਰ ਤੋਂ ਥੱਲੇ ਨੂੰ ਖਾਂਦਾ ਹੈ। ਤਾ ਇੱਥੇ ਇੱਕ ਚੀਜ਼ ਇਹਦੇ ਕੰਟਰੋਲ ਦੇ ਵਿੱਚ ਆ ਜਾਂਦੀ ਹੈ ਕਿ ਜੇਕਰ ਕਿਉਂਕਿ ਇਹ ਤਨੇ ਨੂੰ ਥੱਲਿਓਂ ਕੱਟ ਦਿੰਦੀ ਹੈ ਬਾਕੀ ਚੀਜ਼ਾਂ ਦੇ ਨਾਲੋਂ ਉਹਦਾ ਲਿੰਕ ਤੋੜ ਦਿੰਦੀ ਹੈ ਤਾਂ ਤੁਹਾਡੀ ਪਾਈ ਹੋਈ ਦਵਾਈ ਇਹਨੂੰ ਕਦੇ ਵੀ ਨਹੀਂ ਮਾਰਦੀ ਤਾਂ ਇਹ ਸੀ ਇਹਦਾ ਲਾਰਵਾ ਲਾਰਵੇ ਦੀ ਜਿਹੜੀ ਉਮਰ ਹੈਗੀ ਹੈ ਉਹ ਹੁੰਦੀ ਹੈ ਜੀ 20 ਤੋਂ 40 ਦਿਨ ਤੱਕ ਆਮ ਤੌਰ ਤੇ ਨੂੰ ਅਸੀਂ 30 ਦਿਨ ਗਿਣ ਸਕਦੇ ਹਾਂ ਕਿ 30 ਦਿਨ ਦੇ ਵਿੱਚ ਇਹਦੀ ਜਿਹੜੀ ਹੈਗੀ ਹੈ ਉਮਰ ਹੈ ਉਹ 30 ਦਿਨ ਦੀ ਹੈਗੀ ਹੈ ਹੁਣ ਇਸ ਤੋਂ ਬਾਅਦ ਤੇ ਵਿੱਚ ਇਹ ਪਿਉਪਾ ਦੇ ਵਿੱਚ ਕਨਵਰਟ ਹੁੰਦਾ ਤੇ 6 ਤੋਂ 12 ਦਿਨ ਬਾਅਦ ਪਿਉਪਾ ਦੇ ਵਿੱਚੋਂ ਅਡਲਟ ਨਿਕਲਦਾ ਹੈ ਟੋਟਲ ਜੀਵਨ ਚੱਕਰ ਇਹਦਾ ਪੂਰਾ ਹੁੰਦਾ 50 ਤੋਂ ਲੈ ਕੇ 70 ਦਿਨ ਦੇ ਵਿੱਚ ਹੁਣ ਜਿਹੜੇ ਵੀਰੇ ਕਹਿ ਰਿਹਾ ਕਿ ਜੇ ਜੇ ਸੁੰਡੀਆਂ 10 ਸੁੰਡੀਆਂ ਖੇਚ ਆ ਗਈਆਂ ਉਹ ਤੋਂ ਭਮੱਕੜ ਬਣੂਗਾ ਭਮੱਕੜ ਅਗੇ 10 ਭਮੱਕੜ ਇਹ ਲਗਭਗ 2000 ਆਂਡੇ ਦੇਣਗੇ 2000 ਤੋਂ ਸੁੰਡੀਆਂ ਜ਼ਿਆਦਾ ਆਉਣੀਆਂ ਤੇ ਉਹਨਾਂ ਨੇ ਦੱਸ ਦੇਵਾਂ ਕਿ ਲਗਭਗ ਇੱਕ ਜੀਵਨ ਚੱਕਰ ਹੀ ਝੋਨੇ ਦੇ ਫਸਲ ਦੇ ਵਿੱਚ ਕੰਪਲੀਟ ਕਰਦਾ ਇਹ ਜਿਆਦਾ ਖਤਰਨਾਕ ਉੱਥੇ ਹੋ ਜਾਂਦਾ ਜਿੱਥੇ ਝੋਨੇ ਦੀਆਂ ਲਗਾਤਾਰ 2 2 3 3 ਫਸਲਾਂ ਲੀਆਂ ਜਾਂਦੀਆਂ ਟਾਈਮ ਸਰ ਵਿਚੀ ਫਸਲ ਦੇ ਵਿੱਚ ਹਮਲਾ ਘੱਟ ਹੁੰਦਾ ਪਛੇਤੀ ਵਿਚੀ ਫਸਲ ਦੇ ਵਿੱਚ ਹਮਲਾ ਜਿਆਦਾ ਹੁੰਦਾ ਹੈ ਇਸੇ ਕਰਕੇ ਯੂਨੀਵਰਸਿਟੀ ਜਿਹੜਾ ਹੈਗਾ ਬਾਸਮਤੀ ਦੇ ਵਿੱਚ ਕਾਰਟਿਫ ਹਾਈਡਰੋਕਲੋਰਾਈਡ ਜਿਹੜਾ ਹੈਗਾ ਰეკਮੈਂਡ ਕਰਦੀ ਹੈ ਤੇ ਝੋਨੇ ਦੇ ਵਿੱਚ ਰეკਮੈਂਡ ਨਹੀਂ ਕਰਦੀ ਜਿਹੜਾ ਅਟੈਕ ਇਹਦਾ ਸ਼ੁਰੂ ਚ ਹੁੰਦਾ ਉਸ ਅਟੈਕ ਦੇ ਵਿੱਚ ਇਹ ਇਹਦੇ ਪਿਪਾ ਹੈ ਜਿਹੜਾ ਅਟੈਕ ਸ਼ੁਰੂ ਦੇ ਵਿੱਚ ਹੁੰਦਾ ਉਸ ਅਟੈਕ ਦੇ ਵਿੱਚ ਡੈੱਡ ਹਾਰਟ ਬੰਦਾ ਹੈ ਮਤਲਬ ਕਿ ਇਹ ਇਹ ਜੋ ਤੁਸੀਂ ਦੇਖ ਰਹੇ ਹੋ ਕਿ ਬੂਟਾ ਪੂਰੇ ਦਾ ਪੂਰਾ ਸੁੱਕ ਜਾਂਦਾ ਨਵੀਂ ਸ਼ਾਖਾ ਉਹਦੀ ਉਹ ਜਿਹੜੀ ਹੁੰਦੀ ਹੈ ਉਹ ਸਾਰੀ ਸੁੱਕ ਸੁੱਕ ਜਾਂਦੀ ਹੈ ਉਸ ਤੋਂ ਥਰਲਣ ਦੇ ਪੱਤੇ ਸਹੀ ਰਹਿੰਦੇ ਐ ਜਦੋਂ ਜਿਹੜਾ ਹੈਗਾ ਗੋਭ ਭਰਨ ਤੋਂ ਬਾਅਦ ਹਮਲਾ ਕਰਦਾ ਤਾਂ ਸਾਨੂੰ ਕੋਈ ਸਿੰਪਟਮ ਦਿਖਾਈ ਨਹੀਂ ਦਿੰਦੇ ਕੇਵਲ ਤੇ ਕੇਵਲ ਮੁੰਜਰ ਚਿੱਟੀ ਨਿਕਲਦੀ ਹੈ ਤੇ ਕੰਟਰੋਲ ਮੈਂ ਅਗਲੀ ਵੀਡੀਓ ਚ ਗੱਲ ਕਰਾਂਗਾ ਪਰੰਤੂ ਕੰਟਰੋਲ ਲਈ ਇੱਕ ਚੀਜ਼ ਧਿਆਨ ਰੱਖਣਾ ਕਿ ਜੇਕਰ ਹੈਵੀ ਰੇਨ ਹੋ ਜਾਂਦੀ ਹੈ ਤਾਂ ਹੈਵੀ ਰੇਨ ਇਸ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਇਹਨੂੰ ਮਾਰ ਦਿੰਦੀ ਹੈ ਤੇ ਦੋਸਤੋ ਮੈਂ ਫੇਰ ਕਹਨਾ ਕਿ ਇਹਦਾ ਜੀਵਨ ਚੱਕਰ 50 ਤੋਂ 70 ਦਿਨ ਦੇ ਵਿੱਚ ਜਾਂ ਕਈ ਹਾਲਾਤਾਂ ਦੇ ਵਿੱਚ 35 ਤੋਂ 70 ਦਿਨ ਦੇ ਵਿੱਚ ਇੱਕ ਜੀਵਨ ਚੱਕਰ ਪੂਰਾ ਹੁੰਦਾ 扑ਮੱਕੜ ਦਸਣ ਤੋਂ 10 ਤੋਂ 12 ਦਿਨ ਬਾਅਦ ਜਿਹੜਾ ਹੈਗਾ ਸੁੰਡੀ ਟਾਡੇ ਖੇਤ ਦੇ ਵਿੱਚ ਆਉਂਦੀ ਹੈ ਇਹਨੂੰ ਕੰਟਰੋਲ ਕਰਨ ਲੱਗਿਆਂ ਇਸ ਚੀਜ਼ ਦਾ ਧਿਆਨ ਰੱਖਣਾ ਕਾਫੀ ਕੋਸ਼ੇ ਇਹਦੇ ਬਾਰੇ ਲੇਕਿਨ ਮੈਂ ਇੱਕ ਵੀਡੀਓ ਦੇ ਵਿੱਚ ਕੰਪਲੀਟ ਨਹੀਂ ਕਰ ਸਕਦਾ ਤਾਂ ਅਗਲੀ ਵੀਡੀਓ ਦੇ ਵਿੱਚ ਮੈਂ ਗੱਲ ਕਰਾਂਗਾ ਕਿ ਇਸ ਦਾ ਕੰਟਰੋਲ ਕਿਸ ਤਰੀਕੇ ਨਾਲ ਕਰਨਾ ਹੈ ਪ੍ਰੰਤੂ ਕੰਟਰੋਲ ਕਰਨ ਤੋਂ ਪਹਿਲਾਂ ਜੋ ਫਾਰਮੂਲਾ ਦਿੱਤਾ ਉਸ ਦਾ ਧਿਆਨ ਜ਼ਰੂਰ ਰੱਖਣਾ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ